ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੈ ਕੇ ਆ ਗਏ ਜੀ ਆਪਾਂ ਬੈਂਚ ਪ੍ਰੈਸ ਦਾ ਪ੍ਰੋਗਰਾਮ, ਅਤੇ ਦੱਸਣਾ ਚਾਹਾਂਗੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣਾ 1 ਰੈਪ ਮੈਕਸ ਆ, ਅਤੇ ਦੇਖਣਾ ਵੀ ਆਪਾਂ ਕਿੱਥੇ ਕਿੱਥੇ ਤੱਕ ਜਾ ਸਕਦੇ ਹਾਂ। ਠੀਕ ਹੈ ਜੀ, ਬੋਡੀ ਥੋੜ੍ਹੀ ਬਹੁਤੀ ਵਾਰਮ ਅਪ ਹੋਈ ਆ ਜੀ, ਹੌਲੀ ਹੌਲੀ ਵੇਟ ਵਧਾ ਰਹੇ ਹਾਂ, ਅਤੇ ਬਿਨਾਂ ਐਲਬੋ ਰੈਪ ਤੋਂ ਐਲਬੋ ਸਲੀਪ ਪਾ ਕੇ ਲਵਾਂਗੇ, ਐਲਬੋ ਰੈਪ 'ਤੇ ਰਹਿਣ ਦਾਂਗੇ। ਪਰ ਜੇ ਕਿਤੇ ਚਾਰ ਚਾਰ ਪਲੇਟਾਂ ਦੇ ਲਾਗੇ ਛਾਗੇ ਹੋਏ ਫਿਰ ਆਪਾਂ ਐਲਬੋ ਰੈਪ ਵੀ ਪਾ ਲਾਂਗੇ, ਕਿਉਂਕਿ ਹਜੇ ਬਿਨਾਂ ਐਲਬੋ ਰੈਪ ਤੋਂ ਚਾਰ ਪਲੇਟਾਂ ਨਹੀਂ ਲੱਗ ਸਕਦੀਆਂ। ਚਾਰ ਪਲੇਟਾਂ ਮਤਲਬ ਕਿ 185 ਕੁ ਕਿਲੋ ਨਹੀਂ ਲੱਗਦੀ, ਹੈ ਨਾ। ਹਜੇ ਇੰਨੇ ਮਤਲਬ ਕਿ ਜੁਆਇੰਟ ਤਗੜੇ ਨਹੀਂ ਗੇ, ਹਜੇ ਇੰਨਾ ਸਟਰੋਂਗ ਨਹੀਂ ਆ ਮਸਲ। ਮਹਾਰਾਜ ਕਿਰਪਾ ਕਰਨ ਆਪ ਜੀ ਸਾਰੇ ਦਿਆ ਰੱਖੋ, ਅਤੇ ਇਹ ਵੀ ਦਿਨ ਜ਼ਰੂਰ ਆਊਗਾ। ਹੁਣ ਜਿਹੜਾ ਆਪਾਂ ਲਾਉਣ ਲੱਗੇ ਹਾਂ ਇਹ ਹੈਗਾ ਘੱਟੋ ਘੱਟ ਵੀ 100 ਅਤੇ ਰੱਬ ਦਾੜਾ ਭਲਾ ਕਰੇ 135 136 ਕੁ ਕਿਲੋ ਇੰਨਾ ਕੁ ਭਾਰ ਹੈਗਾ ਆ। ਇਹਦਾ 1 ਰੈਪ ਲਾਵਾਂਗੇ ਆਪਾਂ, ਅਤੇ ਉਸ ਤੋਂ ਬਾਅਦ ਆਪਾਂ 3 ਪਲੇਟਾਂ ਪਾਵਾਂਗੇ, ਅਤੇ ਚਲੋ ਆਇਓ ਦੇਖਦੇ ਹਾਂ। ਲਾ ਲਈਏ ਜਿਹੜਾ ਪਰਸਨਲ ਰੈਕਟ ਦੀ ਬੈਲਟ, ਵਾਹਿਗੁਰੂ ਵੀ ਲਵੇਟ ਲਈਏ ਥੋੜ੍ਹੇ ਜਿਹੇ, ਕਈ ਵਾਰੀ ਮਾੜਾ ਜਿਹਾ ਹੱਥ ਉੱਥੇ ਮੁੜ ਜੇ ਅਤੇ ਗੋਟ ਦੇ ਜ਼ੋਰ ਆ ਜਾਂਦਾ। ਵੈਸੇ ਮੈਂ ਬਹੁਤ ਘੱਟ ਲਵੇਟਦਾ ਹੈ, ਕਦੀ ਤੁਸੀਂ ਵੇਖਿਆ ਨਹੀਂ ਹੋਊਗਾ ਸਦੀਆਂ ਮਗਰੋਂ ਹੀ, ਪਰ ਹੁਣ ਇਹਦੀ ਆਦਤ ਪਾਉਂਦੇ ਹਾਂ ਜਿਹੜੇ ਵੀ ਆਪਣੇ ਜੁਆਇੰਟ ਸੇਫ ਰਹੇ। ਠੀਕ ਹੈ ਜੀ, ਵਾਹਿਗੁਰੂ ਕਿਰਪਾ ਕਰਨ, ਵਾਹਿਗੁਰੂ। ਉਮਲੇ ਚਲੋ ਜੀ, ਧੰਨ ਸ਼ਹੀਦ ਸਿੰਘ। ਗੋਨ ਗੋਨ ਵਧੀਆ ਸੀ, ਈਜ਼ੀ। ਇਹ ਆ ਵੀ ਥੋੜ੍ਹਾ ਮੈਂ ਅੱਗੇ ਜ਼ਿਆਦਾ ਆ ਗਿਆ, ਇਹਦੇ ਪਿੱਛੇ ਚੁੱਕ ਕੇ ਗਾੜੀ ਲਿਆਉਣ ਦੇ ਵਿੱਚ ਜ਼ੋਰ ਜਿਹਾ ਲੱਗਾ। ਹਾਂ ਵਾਹਿਗੁਰੂ, ਬਸ ਚੁਕਾ ਦਿਓ ਪਿੱਛੋਂ। ਹਾਂਜੀ, ਇੱਕੋ ਹੀ ਲਾਉਣਾ ਹੈ, ਮੈਂ ਮਾੜਾ ਅੱਗੇ ਨੂੰ ਹੋ ਕੇ ਪੈਣਾ, ਬਸ ਫੜਾ ਦਿਓ ਤੁਸੀਂ। ਹਾਂਜੀ ਹਾਂਜੀ, ਇਹ ਮੈਨੂੰ ਛੱਡ ਦਿਓ ਛੱਡ ਦਿਓ, ਇਹਦੀ 1 ਮਿੰਟ ਰੋਜੇ ਰੋਜੇ ਹੋ ਜੀ। ਚਲੋ ਜੀ ਚੁਕਾ ਦਿਓ, ਇਹ ਛੱਡ ਦਿਓ ਜੀ। ਰੋਜੇ ਰੋਜੇ ਪਹਿਲਾਂ ਮੈਨੂੰ ਇੱਕ ਦੋ ਤਿੰਨ ਅਪ ਛੱਡ ਦੋ ਜੀ। ਆਹੋ
ਓ ਚਲੋ ਜੀ ਹੁਣ ਲਾਉਂਦੇ ਹਾਂ ਮਸ਼ੀਨ ਉੱਥੇ ਤਾਂ ਹੋ ਗਿਆ ਆਪਣਾ ਜ਼ੋਰ ਪੂਰਾ ਜ਼ੋਰ ਮਾਰਨਾ ਪੂਰਾ ਹਾਂ ਆ ਹੋ ਗਿਆ ਹੁਣ ਇੱਕ ਸੈਟ ਦੋ ਸੈਟ ਲਾਵਾਂਗੇ ਆਪਾਂ ਇਹਦੇ ਇਨਕਲਾਈਨ ਇਹਦੇ ਜਿੰਨੇ ਵੀ ਰੈਪ ਨਿਕਲੇ ਵੱਧ ਤੋਂ ਵੱਧ ਰੈਪ ਹੀ ਲਾਵਾਂਗੇ ਭੰਬੜੇ ਹਾਂਜੀ ਖਾਲਸਾ ਜੀ ਹੁਣ ਆਪਾਂ ਲਾਵਾਂਗੇ ਇਸ ਤੋਂ ਬਾਅਦ ਟ੍ਰਾਈਸੈਪ ਪਰ ਅੱਜ ਇੱਥੇ ਵਰਕਆਊਟ ਡਨ ਕਰਦੇ ਹਾਂ ਅੱਜ ਥੋੜ੍ਹਾ ਲੋਹ ਜਿਹਾ ਫੀਲ ਹੋਣ ਡਿਆ ਲੈਫਟ ਐਲਬੋ ਵਿੱਚ ਥੋੜ੍ਹੀ ਪੇਨ ਹੋਣ ਡੀ ਜਿਹਦੇ ਕਰਕੇ ਕਿ ਬੈਂਚ ਪ੍ਰੈਸ ਮੈਕਸੀਮਮ ਸਹੀ ਨਹੀਂ ਲੱਗੀ ਨਹੀਂ ਤਾਂ ਉਹ ਮੈਂ ਈਜ਼ੀ ਚੁੱਕ ਦਿੰਦਾ ਚਲੋ ਕੋਈ ਕੋਈ ਦਿਨ ਹੁੰਦਾ ਮਾਰੇ ਕਿਰਪਾ ਕਰਨਗੇ ਅਤੇ ਫਿਰ ਤੁਸੀਂ ਸਾਰੇ ਵੀਰ ਜਿੰਨੇ ਵੀ ਦੇਖਦੇ ਇਹਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਅਤੇ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਦਾਸ ਨੂੰ ਇੰਨਾ ਪਿਆਰ ਦੇਣ ਲਈ ਅਤੇ ਚਲੋ ਮਿਲਦੇ ਹਾਂ ਅਗਲੇ ਵਰਕਆਊਟ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ